दशके 1904 दे विच बनी हुई गड्डी है, कार आ मोटरसाइकिल दे आधारित बनी सी रैली वालियां दी आ। ये पूरी दुनिया दे विच सिर्फ चार ने, सिर्फ दुनिया दे विच चार, ते भारत दे विच सिर्फ इको आ। लंबा समा कबाड़ च पई रही सी पर हुणे ठीक हो चुकी है। साडे नाल वीर जी ने, गरेवाल साहब सत श्री अकाल, नाल मैम ने, ओह उहनां दा गला खराब इस करके गल नहीं कर सकदे। वीर जी दी की खासियत सीगी? देखो जी, चार दी बनी हुई है जी। बेसिकली ये रायले कंपनी सी जो मोटरसाइकिल बनाती सी जी, ते मोटरसाइकिल दे ही देखोगे पिछले पहिया लगे मोटरसाइकिल दे ऊपर ही कार बनी है। मोटरसाइकिल ते यार ये दा सिंगल ब्लॉक दा, सिंगल सिलेंडर दा एदा ब्लॉक हैगा जी। इंजन के इंजन है, कार्बोरेटर है जी, टैंक हैगा जी, एदा जी गियर लीवर हैगा जी, ए फुट ब्रेक हैगा, ए हैंड ब्रेक है। मैं माड़ा जा शॉट आ देखो, जो पेट्रोल टैंक है एदा, आ पैर वाले ब्रेक आ, आ गियर हो गया, आ रेस, हां जी एक्सीलेटर, ए रेस आ, आ हैंड ब्रेक आ, आ हैंड ब्रेक हो गया, आ हॉर्न आ, क्लासिक। पूरी दुनिया दे विच सिर्फ चार ने इह, ते दूजी गल दसदे आ भी इत्थे बंदा बैठ सकदा सी, इत्थे बैठ सकदा, सवारी बह जांदी सी, इत्थे सवारी बैठदी सी, ते इत्थे ड्राइवर, हां जी बिल्कुल। ਤੇ ਰੈਲੇ ਸਾਈਕਲ ਹੁੰਦੇ ਸੀ, ਬਹੁਤ ਮਸ਼ਹੂਰ ਰੈਲੇ ਸਾਈਕਲ, ਰੈਲੇ ਬਹੁਤ ਬ੍ਰਿਟਿਸ਼, ਬੇਸਿਕਲੀ ਇਹ ਬ੍ਰਿਟਿਸ਼ ਗੱਡੀ ਹੈਗੀ ਹੈ ਜੀ ਜੀ ਜੀ, ਬ੍ਰਿਟਿਸ਼ ਰੈਲੇ ਮੋਟਰਸਾਈਕਲ ਬਹੁਤ ਮਸ਼ਹੂਰ ਸੀਗੇ ਜੀ, ਤੇ ਹੁਣ ਬਹੁਤ ਸਾਲ ਤੱਕ ਬਣਦੇ ਰਹੇ ਨੇ, ਹੁਣ ਵੀ ਬੜੇ ਡਿਜ਼ਾਇਰੇਬਲ ਨੇ ਕੰਟਰੀ। ਇਹ ਦੂਜੀ ਗੱਲ ਦੱਸਦੇ, ਆਹ ਹੈਗਾ ਰੇਡੀਏਟਰ, ਹਾਂਜੀ ਰੇਡੀਏਟਰ ਹੈ, ਆਹ ਦੱਸੋ ਤਾਂ ਰੇਡੀਏਟਰ ਲੱਗਿਆ ਇਹ ਮੈਗਨਾਜ ਤੱਕ, ਤੁਸੀਂ ਇਹ ਸਾਈਕਲ ਮੋਟਰਸਾਈਕਲ ਨਿਕਲ ਰਿਹਾ, ਕਾਰ ਹੈ ਅਸਲ ਦੇ ਵਿੱਚ, ਤਿੰਨ ਟੈਰੀ ਕਾਰ, ਤਿੰਨ ਟੈਰ ਵਾਲੀ ਕਾਰ ਹੈ ਇਹ, ਦੁਨੀਆ 'ਚ ਮੈਂ ਕਹਿੰਦਾ ਚਾਰ ਹੀ ਆ, ਤੇ ਸੱਚੀ ਹੈ ਵੀ ਚਾਰ ਹੀ ਆ। ਦੇਖੋ ਆਹ ਚੈਨ ਲੱਗੀ ਹੋਈ ਇਸ ਕਿਸਮ ਦਾ ਲੱਗਿਆ ਹੋਇਆ, ਚੈਨ ਦੇ ਆਧਾਰਤ ਆ, ਇੱਕ ਚੈਨ ਉੱਧਰ ਨੂੰ ਚੱਲਦੀ ਆ, ਇੱਧਰਲੇ ਪਾਸੇ ਦੀ ਆ ਕੇ ਦਿਖਾ ਦਈਏ। ਗਰੇਵਾਲ ਸਾਹਿਬ ਆ ਟੂਲ ਲੱਗਿਆ ਹੋਇਆ ਇੱਧਰ, ਆ ਟੂਲ ਹੋਊਗਾ ਬਿਲਕੁਲ ਜੀ, ਟੂਲ ਬਾਕਸ ਹੈਗਾ ਜੀ, ਇਹ ਫੁੱਟ ਸਟੈਪ ਲੱਗੇ ਨੇ, ਇੱਥੇ ਪੈਰ ਰੱਖ ਕੇ ਬੰਦਾ ਬੈਠ ਸਕਦਾ ਜੀ ਜੀ ਜੀ। ਬੇਸਿਕਲੀ ਇਹਨੂੰ ਗੱਡੀ ਨੂੰ 6 ਤੋਂ 8 ਮਹੀਨੇ ਲੱਗੇ ਆ ਤਿਆਰ ਹੋਣ ਚ, ਬਿਲਕੁਲ ਖੰਡਰਾਤ ਸੀਗੀ ਜੀ, ਜਿੱਥੇ ਪਈ ਸੀ ਜੈਪੁਰ ਤੋਂ ਮਿਲੀ ਗੱਡੀ ਹੈ ਜੀ ਜੀ, 6 ਪਹਿਲੇ ਲਈ ਤਾਂ ਬਹੁਤ ਸਾਲ ਪਹਿਲਾਂ ਸੀਗੀ ਜੀ ਜੀ, ਮਗਰ 6 ਤੋਂ 8 ਮਹੀਨੇ ਲੱਗੇ ਇਹਨੂੰ ਇਸ ਕੰਡੀਸ਼ਨ ਤਿਆਰ ਕਰਨ ਚ। ਬਹੁਤ ਬਈ ਔਖਾ ਕੰਮ ਸੀਗਾ ਜਦ, ਤੇ ਪਰ ਮੈਂ ਕਹਿੰਦਾ ਜਦੋਂ ਦੁਨੀਆ ਭਾਰਤ ਚ ਸਰ ਪੈਕ ਆ, ਸਰਦਾਰ ਨਹੀਂ ਹੈ ਇਸ ਵਾਰ ਗੱਡੀਆਂ ਦੀ ਇਹ, ਹਾਂ ਜੀ ਬਿਲਕੁਲ, ਔਰ ਸਭ ਤੋਂ ਪੁਰਾਣੀ ਗੱਡੀ ਹੈ ਪੂਰੇ ਸ਼ੋਅ ਦੀ। ਹਾਂ ਇੱਥੇ ਮੈਂ ਲਿਖਿਆ ਵੀ ਸੀਗਾ, ਮੈਂ ਕਹਿੰਦਾ ਵੀ ਇਹ ਹੈਗੀ ਆ 4.5 HP, 4.5 ਨਹੀਂ 4.25, 4.25 HP ਦੀ ਹੈਗੀ ਆ ਸਾਰੀ ਦੀ ਪਾਵਰ ਵਗੈਰਾ, ਦੇਖੋ ਲੈ ਬਹੁਤ ਕਮਾਲ ਆ। ਪਹਿਲਾਂ 7-8 ਲੀਟਰ ਪੈਂਦਾ ਹੋਊ ਜੀ ਪੈਟਰੋਲ, 7-8 ਲੀਟਰ ਪੈਂਦਾ ਦਰਸ਼ਕ ਪੈਟਰੋਲ, ਸਸਪੈਂਸ਼ਨ ਵਾਲਾ ਬਹੁਤ ਤਕੜੀ ਆ, ਤੇ ਰੇਅਰ ਹੀ ਆ ਤੇ ਦੱਸ ਦਿੱਤੀ ਤੁਹਾਨੂੰ ਅੱਜ, ਮੈਂ ਕਿਹਾ ਦੁਨੀਆ ਦੇ ਵਿੱਚ ਚਾਰ ਹੈਗੀਆਂ ਇਹ, ਇੰਡੀਆ ਦੀ ਪਹਿਲੀ ਆ, ਤੇ ਅੱਜ ਤੱਕ ਤੁਸੀਂ ਇਹ ਦੇਖੀ ਨਹੀਂ ਹੋਣੀ। ਸ਼ੇਰ ਵਾਲਾ ਕੰਮ ਕਰਦੇ ਹੋ, ਗਰੇਵਾਲ ਸਾਹਿਬ ਦਾ ਵੀ ਧੰਨਵਾਦ ਬਣਦਾ ਜਿਨ੍ਹਾਂ ਨੇ ਮੌਕਾ ਦਿੱਤਾ। ਮੈਡਮਾਂ ਨੂੰ ਹੋ ਗਿਆ 28 ਸਾਲ ਹੋ ਗਏ ਇੰਡੀਆ ਰਹਿੰਦਿਆਂ ਨੂੰ, ਹਾਂ ਇੰਡੀਆ ਰਹਿੰਦੇ, ਉਹਨਾਂ ਨਾਲ ਵੀ ਅਸੀਂ ਗੱਲ ਕੀਤੀ, ਉਹਨਾਂ ਦਾ ਗਲਾ ਖਰਾਬ ਸੀਗਾ ਇਸ ਕਰਕੇ ਗੱਲ ਨਹੀਂ ਜ਼ਿਆਦਾ ਕਰਾ ਸਕੇ ਉਹਨਾਂ ਦੇ ਨਾਲ। ਦੇਖੋ ਆ ਲੀਵਰ ਵਗੈਰਾ ਇਸ ਕਿਸਮ ਦੇ ਲੱਗੇ ਹੋਏ ਆ ਇਹਦੇ, ਦੇਖੋ ਜੀ ਸਾਰਾ ਬ੍ਰਾਸ, ਦੇਖੋ ਇਹ ਸਭ ਬ੍ਰਾਸ ਦੇ ਬਟਨ ਆ, ਇਹ ਬ੍ਰਾਸ ਹੈਗਾ ਉਸ ਟਾਈਮ ਬ੍ਰਾਸ ਜ਼ਿਆਦਾਤਰ ਸ਼ੋਅ ਕਰਨ ਵਾਸਤੇ ਜੀ 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 ਬ੍ਰਾਸ ਲਗਾਇਆ ਜਾਂਦਾ ਸੀਗਾ, ਬ੍ਰਾਸ ਲਗਾਇਆ ਜਾਂਦਾ ਸੀਗਾ। ਦੇਖੋ ਇਹ ਇੱਕ ਆਪਣਾ ਪ੍ਰਿੰਸੀਪਲ ਕੋਲੇ ਵੀ ਰਹੀ ਆ ਇਹ, ਲਾਰੈਂਸ ਸਕੂਲ ਦੇ ਸਨਾਵਰ ਦੇ ਵਿੱਚ ਇੱਕ ਪ੍ਰਿੰਸੀਪਲ ਕੋਲੇ ਵੀ ਰਹੀ ਆ ਸੋਲਨ ਦੇ ਵਿੱਚ 1884 ਤੋਂ 1912 ਤੱਕ, ਕਿਉਂ ਜੀ ਬਹੁਤ ਬੁਰੀ ਹਾਲਤ ਦੇ ਵਿੱਚ ਉੱਥੇ ਰਹੀ ਸੀ, ਉਸ ਤੋਂ ਬਾਅਦ 19 ਸਾਲਾਂ ਬਾਅਦ ਨੂੰ ਰੀਸਟੋਰ ਕੀਤਾ ਗਿਆ ਤੇ ਹੁਣ ਇਹਨੂੰ ਜੈਪੁਰ ਤੋਂ ਮੰਗਾਇਆ ਗਿਆ ਹਨਾ, ਜੈਪੁਰ ਤੋਂ ਖਰੀਦਿਆ ਗਿਆ ਵਾ, ਤੇ 1904 ਮਾਡਲ ਆ ਇਹ, 1904 ਲਾ ਲਓ ਸਾਹਿਬ ਵੀ 101 ਸਦੀ ਤੋਂ ਉੱਤੇ ਵਾਲਾ ਕੰਮ ਹੋ ਗਿਆ, ਸਵਾ ਸਦੀ ਵਾਲਾ ਕੰਮ ਹੋ ਗਿਆ, ਸਵਾ ਚ ਕੰਮ ਚਲੇ ਗਿਆ, ਤੇ ਬਹੁਤ ਘੈਂਟ ਗੱਡੀ ਆ ਇਹ। ਤੇ ਵੀਰ ਜੀ ਧੰਨਵਾਦ ਤੁਹਾਡਾ, ਤੁਸੀਂ ਸਮਾਂ ਦਿੱਤਾ। ਮੇਰ ਵੀ ਮਾਲਕ ਕੌਣ ਹੈ ਇਸਕਾ? ਮਾਲਕ ਸੁਧੀਰ ਚੌਧਰੀ। ਸੁਧੀਰ ਚੌਧਰੀ ਕਹਾਂ ਕੇ ਵੋ? ਦਿੱਲੀ ਕੇ ਹੈ। ਦਿੱਲੀ ਕੇ ਹੈ। ਤੋ ਉਹਨੇ ਜੋ ਉਹ ਮੀਟਰ ਕਿਹਾ ਜੇ ਪਾਣੀ ਉਬਲਨੇ ਕੇ ਲਈ ਤਾਂ ਜੋ ਰੇਡੀਏਟਰ ਮੇਂ ਟੈਂਪਰੇਚਰ ਬਤਾ, ਟੈਂਪਰੇਚਰ ਬਤਾਦਾ ਪਾਣੀ ਦਾ, ਠੀਕ ਹੈ। ਤੋ ਜੀ ਸ਼ੀਸ਼ੇ ਰਿਮੂਵ ਹੋ ਜਾਂਦੇ ਸੀ? ਜੀ ਹਾਂ। ਕਿਵੇਂ? ਮਤਲਬ ਜਹਾਂ ਸੇ ਖੋਲ ਕੇ ਹਟਾਣੇ ਹੋ ਤੋ ਨਾ, ਦਿਖਾ ਦਿਓ ਵੀ ਇਸ ਤਰੀਕੇ ਨਾਲ ਦਰਸ਼ਕੋ, ਸ਼ੀਸ਼ੇ ਦਾਮਸ਼ਾ ਹੋ ਜਾਂਦੇ ਸੀ, ਐਡਜਸਟੇਬਲ ਤੇ ਨਾ, ਐਡਜਸਟ ਹੋ ਜਾਂਦੇ ਥੇ। ਤੋ ਇੰਜਨ ਹੋ ਗਿਆ 15 ਸੀਸੀ, ਹਾਂਜੀ 15-16 ਕੇ। ਬੁਗਾਟੀ ਇੰਡੀਆ ਮੇਂ ਸਿਰਫ ਕਿਤਨੀ ਹੈ? ਦੋ ਜਾਂ ਤਿੰਨ ਬਤਾਇਆ ਮੈਂ, ਤੋ ਦੋ ਹੀ ਹੈ ਅਭੀ। ਦਿੱਲੀ ਮੇਂ ਦੋ ਹੈ ਤੇ ਇੰਡੀਆ ਮੇਂ ਸ਼ਾਇਦ ਤਿੰਨ ਹੀ ਹੈ, ਤਿੰਨ ਹੀ ਗੱਡੀਆਂ ਹੈ, ਚਾਰ ਗੱਡੀਆਂ। ਹਾਂ ਬਸ ਬਸ, ਬਹੁਤ ਰੇਅਰ ਹੈ। ਤੋ ਇਸਕੀ ਬ੍ਰੇਕ ਸਿਸਟਮ ਕਿਹਦਾ ਤਾਂ? ਬ੍ਰੇਕ ਸਿਸਟਮ ਸਹੀ ਹੈ, ਬਿਲਕੁਲ ਨਾਰਮਲ ਹੀ ਹੈ। ਇਹ ਕੀ ਕਹਦੇ ਹੋ? ਦਹਾਂ ਦੇ ਬਤਾ ਦੇ। ਪ੍ਰੈਸ਼ਰ ਨਹੀਂ ਹੈ, ਪ੍ਰੈਸ਼ਰ ਨਹੀਂ ਹੈ। ਬਾਕੀ ਜੀ ਕੀ ਹੈ ਜੀ? ਹੈਂਡ ਬ੍ਰੇਕ ਹੈ ਜੀ, ਹੈਂਡ ਬ੍ਰੇਕ ਹੋ ਗਏ ਜੀ। ਇਹ ਹੈਂਡ ਬ੍ਰੇਕ ਹੈ ਜੀ, ਹੈਂਡ ਬ੍ਰੇਕ ਹੈ ਜੀ। ਗੇਅਰ? ਹਾਂਜੀ ਜੀ, ਗੇਅਰ ਹੈ, ਠੀਕ ਹੈ। ਦੇਖੋ ਵੀ ਬਹੁਤ ਕਮਾਲ ਆ ਜੀ। ਐਸੇ ਹੀ ਆਤਾ ਥਾ ਪਹਿਲੇ? ਹਾਂਜੀ ਹਾਂਜੀ, ਐਂਟੀਕ ਟਾਈਪ ਐਸਾ, ਲੱਕੜੀ ਕਾ ਸਟੀਅਰਿੰਗ ਹੈ। ਔਰ ਇਹ ਪੰਪ ਸਿਸਟਮ ਹੈ ਜੀ, ਇਹ ਪਹਿਲੇ ਟੰਕੀ ਕੇ ਅੰਦਰ ਪੰਪ ਕਰਨਾ ਪੜਤਾ ਹੈ ਜੀ, ਪ੍ਰੈਸ਼ਰ ਜੀ, ਉਸਕੇ ਬਾਅਦ ਪੈਟਰੋਲ ਸਪਲਾਈ ਹੋਤਾ, ਫਿਰ ਸਟਾਰਟ ਪੰਪ ਕਰਨ ਕੇ ਬਾਅਦ ਚਲਦੀ ਹੈ, ਠੀਕ ਹੈ। ਬਹੁਤ ਅੱਛਾ।
तो इसको ऐसे खोल के दिखा सकते हो आप? दर्शकों इंजन आप खोल के देख ली, इधरले पासे आ जी निक्के वीरे, निक्का मरेल कोटरे वाला है भी चोटी का मकैनिक आ, तो अज कैमरा मैन बने अपने नाल आ दिखा दे लै अंदरों हिसाब का। जे क्या था स्टेयरिंग का हो गया जी जी, हॉर्न हो गया जी, मैगनेट जे जी जी मैगनेट हो गया। यदा देखो अंदरों हिसाब दी आ 1926 मॉडल बुगाटी, बहुत बड़ा नाम है, मेड इन फ्रांस, फ्रांस की बनी स्पोर्ट्स कार आ दर्शको, ਉਹਨਾਂ ਵੇਲਿਆਂ ਦੀ ਸਪੋਰਟਸ ਕਾਰ ਆ, ਬੁਗਾਟੀ ਕਹਿੰਦੇ ਆ ਇਹਨੂੰ, ਤਾਂ ਲੱਗੀ ਸਪੋਰਟਸ ਕਾਰ ਹੈ ਜੀ। ਜੇ ਲਾਈਟੇ ਸਾਰ ਲਾਸ ਉਸ ਓਰੀਜਨਲ ਹੀ ਹੈ ਸਭ ਹੀ? ਹਾਂਜੀ ਹਾਂਜੀ ਸਭ ਓਰੀਜਨਲ, ਏ ਟੂ ਜ਼ੈਡ ਓਰੀਜਨਲ ਹੈ ਸਭ। ਠੀਕ ਹੈ, ਤਾਂ ਹੈਂਡਲ ਸੇ ਵੀ ਸਟਾਰਟ ਹੋ ਜਾਂਦੀ ਹੈ? ਹਾਂਜੀ ਹਾਂਜੀ, ਦੇਖੋ ਦੇਖੋ ਆਹ ਹੈਂਡਲ ਦਿੱਤਾ ਹੋਇਆ ਵਾ, ਆਹ ਥੱਲੇ ਦਿਖਾ ਦਿਓ, ਇੱਥੋਂ ਆ ਹੈਂਡਲ ਤੋਂ ਵੀ ਸਟਾਰਟ ਹੋ ਜਾਂਦੀ ਸੀ, ਹੈਂਡਲ ਘੁਮਾਓ ਤੇ ਗੇੜਾ ਪੈ ਜਾਂਦਾ ਸੀ ਇਹਦਾ। ਤੈਨੂੰ ਮੈਂ ਦੱਸਦਾ ਵੀ ਇਹ ਬਹੁਤ ਖਾਸ ਹੈ, ਇਹ ਬੰਬਈ ਸੇ ਉਠਾ ਕਰ ਲਾਏ ਥੇ ਨਾ, ਰੀਸਟੋਸ਼ ਬੰਬੇ ਵਗੈਰਾ ਤੋਂ ਲਿਆਂਦੀ ਗਈ ਸੀਗੀ, ਤੇ ਬਹੁਤ ਕਮਾਲ ਦੀ ਗੱਡੀ ਆ। ਤੇ ਦਰਸ਼ਕੋ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ, ਮਿਹਰਬਾਨੀ ਧੰਨਵਾਦ।